ਟਟਲ ਜਿਆ ਦੀਦੀ ਦੇਖ ਕਿੰਨਾ ਸੋਹਣਾ ਟੈਡੀ ਬੀਅਰ ਪਿੰਕੀ ਹੁਣ ਤੂੰ ਬੱਚੀ ਆ ਕੋਈ ਚਾਹੀਦੀ ਚੀਜ਼ ਖਰੀਦ ਲੈ ਮੈਂ ਫਿਊਚਰ ਬਾਰੇ ਬਹੁਤ ਸੋਚਦੀ ਆ ਮਤਲਬ ਕੱਲ ਮੈਂ ਮਾਸੀ ਬਣੂੰਗੀ ਆਪਣੇ ਭਾਂਜੇ ਭਾਂਜਿਆਂ ਨੂੰ ਗਿਫਟ ਤਾਂ ਕਰੂੰਗੀ ਪਿੰਕੀ ਕੋਈ ਸ਼ਾਪਿੰਗ ਸ਼ੁਪਿੰਗ ਨਹੀਂ ਕਰਨੀ ਚਲ ਹੁਣ ਜਲਦੀ ਕਰ ਬਦਮਾਸ਼ੀ ਨਾ ਹੋਵੇ ਤਾਂ ਸਾਰਾ ਦਿਨ ਸ਼ਰਾਰਤਾਂ ਕਰਦੀ ਰਹਿੰਦੀ ਆ ਓ ਬਾਈ ਜੀ ਚੰਗਾ ਕੀਤਾ ਗੱਡੀ ਲੈ ਆਏ ਆ ਓ ਨਹੀਂ ਤਾਂ ਮੈਂ ਤੇ ਗਦੇ ਨੂੰ ਭਾਟ ਹੁੰਦਾ ਹੀ ਮਰ ਜਾਣਾ ਸੀ ਓ ਕਾਰ ਵੇਲੀ ਸੀ ਮੈਂ ਕਿਹਾ ਤੇਰਾ ਕਿਚਨ ਦਾ ਸਮਾਨ ਹੀ ਲੈ ਚਲੀਏ ਓ ਚੰਗਾ ਕੀਤਾ ਜੇ ਨਾਲੇ ਬੰਦੇ ਨੂੰ ਆਟੇ ਦਾਲ ਦਾ ਭਾਅ ਪਤਾ ਲੱਗ ਜਾਣਾ ਚਾਹੀਦਾ ਵਿਆਹ ਤੋਂ ਪਹਿਲਾਂ ਓ ਬਾਈ ਉਹ ਤਾਂ ਗੁੱਲੂ ਦਾ ਹੀ ਦਿਲ ਹੈ ਓ ਜਿਹਨੇ ਪਹਿਲਾਂ ਤੁਹਾਨੂੰ ਕਿਹੜਾਇਆ ਹੁਣ ਤੁਹਾਡੇ ਜਵਾਕ ਵੀ ਕਿਹੜਾਊ ਓ ਪਹਿਲਾਂ ਵਿਆਹ ਤਾਂ ਹੋ ਲੈਣ ਦੇ ਸ਼ੇਖ ਚਿੱਲੀ ਓ ਬਾਈ ਜੀ ਉਧਰ ਵੇਖੋ ਪਿੰਕੀ ਉਹ ਨਾਲ ਭਾਬੀ ਵੀ ਜੇ ਮਹਾ ਮਾੜੇ ਜਿਹਾ ਪਿੱਛੇ ਨੂੰ ਸ਼ੀਸ਼ਾ ਤੇ ਫਿੱਟ ਕਰਕੇ ਦੇਖੋ ਕਰਾਂ ਸ਼ੀਸ਼ਾ ਫਿੱਟ ਕੋਈ ਕੰਜਰਾ ਆਪਣੇ ਕੋਈ ਡਰਾਈਵਰ ਵਾਲੇ ਕੰਮ ਨਹੀਂ ਹੁੰਦੇ ਤੂੰ ਇੱਧਰ ਗੱਡੀ ਚ ਆ ਕੇ ਮੂੰਹ ਪਰੇ ਨੂੰ ਕਰਕੇ ਬੈਠ ਜਾ ਉਹਨਾਂ ਦੇਖ ਲੈ ਤਾਂ ਸੋਚਣਗੇ ਵੀ ਜਾਣ ਬੁੱਝ ਕੇ ਸਾਡੇ ਪਿੱਛੇ ਆਉਂਦੇ ਨੇ ਬਾਈ ਜੀ ਮਸੀ ਮਸੀ ਤੇ ਟੱਕਰੇ ਹੋਏ ਨੇ ਉਹ ਗੱਡੀ ਟੱਕਰੇ ਤੇ ਹਾਲ ਤੇ ਨਾਵਾ ਉਹ ਤਾਂ ਚੁੱਪ ਨਹੀਂ ਕਰਦਾ ਕੰਜਰਾ ਰਾਜਕੁਮਾਰੀ ਰੂਪ ਕਮਲ ਤੇ ਗੁਲਾਬ ਕੌਰ ਜੀ ਦੀਦੀ ਗੁੱਲੂ ਓਏ ਗੁੱਲੂ ਗੁਲਾਬ ਕੌਰ ਕਿਨੂੰ ਕਿਹਾ ਬਾਬਾ ਬਈ ਓ ਤੇ ਮੈਂ ਕਲਵੰਤ ਭਾਈ ਨੂੰ ਪੁੱਛਿਆ ਪਿੰਕੀ ਦਾ ਮਤਲਬ ਕੀ ਹੈ ਕਹਿਣ ਲੱਗਾ ਗੁਲਾਬੋ ਮੈਂ ਤਾਂ ਫਿਰ ਵੀ ਜਿਤਨਾ ਨਾਮ ਲਿਆ ਗੁਲਾਬ ਕੌਰ ਜੀ ਦੀਦੀ ਆ ਤੇਰੇ ਸਵਾਰਿਆਂ ਦਾ ਜੋਕਰ ਜਿਹਾ ਨਾ ਅੱਛਾ ਤੇ ਜੀਜਾ ਜੀ ਗੱਡੀ 'ਚ ਬੈਠੇ ਨੇ ਮੈਂ ਵੀ ਕਹਾਂ ਵੀ ਦੀਦੀ ਨੂੰ ਇੰਨੀ ਕਾਲੀ ਕਿਉਂ ਸੀ ਮੈਨੂੰ ਸ਼ਾਪਿੰਗ ਵੀ ਨਹੀਂ ਕਰਾਈ ਸਤਿ ਸ਼੍ਰੀ ਅਕਾਲ ਜੀਜਾ ਜੀ ਸਤਿ ਸ਼੍ਰੀ ਅਕਾਲ ਜੀ ਪਰ ਤੁਸੀਂ ਇੱਧਰ ਕਿਵੇਂ ਇੰਨੇ ਭੋਲੇ ਨਾ ਬਣੋ ਦੋਨੋਂ ਜਾਣੇ ਫੋਨ ਤੇ ਮੀਟਿੰਗਾਂ ਫਿਕਸ ਕਰਕੇ ਚੋਰੀ ਚੋਰੀ ਮਿਲਦੇ ਨੇ ਮੈਨੂੰ ਬੇਵਕੂਫ ਸਮਝਿਆ ਸੱਚੀ ਪਿੰਕੀ ਸੌਂ ਲੱਗੇ ਜੇ ਮੈਨੂੰ ਪਤਾ ਹੁੰਦਾ ਮੈਂ ਕੋਲ ਦੀ ਨਹੀਂ ਲੰਘਦੀ ਮੇਰਾ ਧੰਨਵਾਦ ਕਰੋ ਜਿਹਨੇ ਤੁਹਾਨੂੰ ਬਲਵੰਤ ਬਾਈ ਨਾਲ ਮਿਲਾਤਾ ਕਿਉਂ ਸਾਲੀ ਨੂੰ ਖਲਾਉਣ ਪਲਾਉਣ ਤੋਂ ਡਰਦੇ ਨੇ ਉਹ ਇਸ ਗੱਲ ਤੋਂ ਥੋੜੀ ਭੱਜਦੇ ਆ ਓਏ ਮੇਰੇ ਵੱਲੋਂ ਕਿਹੜੀ ਨਾ ਹੁਣੇ ਚੱਲੋ ਆਏ ਹਾਏ ਤੁਹਾਡੀ ਏਸੀ ਅਦਾ ਤੇ ਤਾਂ ਸਾਡੀ ਦੀਦੀ ਨੂੰ ਕਾਇਲ ਕਰ ਲਿਆ ਜੀਜਾ ਜੀ ਸਾਡੀ ਅਦਾ ਪਸੰਦ ਨਹੀਂ ਆਈ ਜਿਹਨੇ ਤੁਹਾਨੂੰ ਤੁਹਾਡੇ ਦੀਦੀ ਨਾਲ ਮਿਲਾਤਾ ਆ ਬਲਵੰਤ ਬਾਈ ਉਹ ਸਾਹਮਣੇ ਹੋਟਲ ਹੈ ਉੱਥੇ ਲੈ ਚਲੋ ਕੁਝ ਖਿਲਾਓ ਪੜਾਓ ਆਪਣੀ ਸਾਲੀ ਨੂੰ ਤੇ ਸਾਡੀ ਭਾਬੀ ਨੂੰ ਗੁੱਲੂ ਤੂੰ ਬੰਦਾ ਬਣ ਜਾ ਆਓ ਜੀ ਚੱਲੀਏ ਆ ਚਲੋ 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 ਭਾਈ ਇਹ ਕਿਤਾਬ ਦੀ ਸਿੱਟ ਪਰਾਂ ਤੂੰ ਐ ਕਰ ਆ ਦੋ ਤੇ ਦੋ ਚਾਰ ਪਲੇਟਾਂ ਸਪੈਸ਼ਲ ਪਨੀਰ ਵਾਲੇ ਸਮੋਸੇ ਤੇ ਚਾਰ ਪਲੇਟਾਂ ਗੁਲਾਬ ਜਾਮਣਾ ਬਾਅਦ ਚ ਮਾਰ ਗੋਲੀ ਤੂੰ ਪਹਿਲੇ ਇਹ ਲੈ ਗਿਆ ਠੰਡਾ ਲਓਗੇ ਕਿ ਗਰਮ ਦੀਦੀ ਨੂੰ ਪੁੱਛ ਲਓ ਮੈਂ ਤਾਂ ਠੰਡਾ ਹੀ ਪੀਊਂਗੀ ਹਾਂਜੀ ਕਾਫੀ ਕਿ ਠੰਡਾ ਜੋ ਤੁਸੀਂ ਪੀਓਗੇ ਤੁਸੀਂ ਕੀ ਪੀਓਗੇ ਜੋ ਤੁਸੀਂ ਪੀਓਗੇ ਅੱਛਾ ਜੀ ਹੁਣੇ ਤੋਂ ਹੀ ਜੋ ਤੁਮਕੋ ਹੋ ਪਸੰਦ ਵਹੀ ਬਾਤ ਕਰੇਂਗੇ ਤੁਮ ਦਿਨ ਕੋ ਅਗਰ ਰਾਤ ਕਹੋ ਰਾਤ ਕਹੇਂਗੇ ਜੀਜਾ ਜੀ ਸਾਡੀ ਦੀਦੀ ਅੱਗੇ ਤਾਂ ਵੱਡੇ ਵੱਡਿਆਂ ਦੇ ਹੋਸ਼ ਉੜ ਜਾਂਦੇ ਨੇ ਅੱਛਾ ਜੀ ਪਹਿਲਾਂ ਕਿੰਨੇ ਅੱਗੇ ਹੋਸ਼ ਉਡਾਏ ਨੇ ਤੂੰ ਵੀ ਨਾ ਪਿੰਕੀ ਬਹੁਤ ਬੋਲਦੀ ਆਂ ਇਹ ਵੀ ਨਾ ਬਸ ਮੈਂ ਤੇਰੀ ਇਹ ਨਹੀਂ ਤੇਰੇ ਇਹ ਤਾਂ ਜੀਜਾ ਜੀ ਨੇ ਜਿਹੜੇ ਹੌਲੀ ਕੁ ਦੇਣੀ ਪੰਚ ਮਾਰਦੇ ਨੇ ਆਪਣੇ ਹੌਲੀ ਦੇ ਨਹੀਂ ਮਾਰਦੇ ਨੇ ਉਹ ਨਾਲੇ ਕਹਿੰਦੇ ਹੁੰਦੇ ਆ ਨਾ ਆਪਣਾ ਕੁੱਟੂ ਛਾਵੇਂ ਸਿੱਟੂ ਆ ਬਾਈ ਤੂੰ ਐ ਕਰ ਛੇਤੀ ਛੇਤੀ ਜਾ ਦੋ ਕਾਫੀਆਂ ਤੇ ਦੋ ਕੋਲਡ ਡਰਿੰਕਾਂ ਲੈ ਗਿਆ ਪਿੰਕੀ ਜੀ ਮੈਨੂੰ ਤੁਸੀਂ ਖਾਸੇ ਸਿਆਣੇ ਲੱਗਦੇ ਹੋ ਉਹ ਤਾਂ ਮੈਂ ਹੈਗੀ ਹੋਈ ਹਾਂ ਫਿਰ ਮੈਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਚਾਹੁੰਦਾ ਲੈ ਪਿੰਕੀ ਤੈਨੂੰ ਤਾਂ ਵਧੀਆ ਟਾਈਮ ਪਾਸ ਮਿਲ ਗਿਆ ਜਾਨੀਆਂ ਮੈਂ ਇੰਨੀ ਵੀ ਬੁੱਧੂ ਨਹੀਂ ਹੈਗੀ ਤਾਂ ਹੀ ਤਾਂ ਮੈਂ ਕਹਿ ਰਿਹਾ ਆਓ ਚੱਲੀਏ ਨਿਆਣੀਆਂ ਸਿਆਣੀਆਂ ਗੱਲਾਂ ਕਰਾਂਗੇ ਆਓ ਚੱਲੀਏ ਆ ਜਾਓ ਪਿੰਕੀ ਜੀ ਆ ਜਾਓ ਆ ਜਾਓ ਬੈਠੋ ਗੱਲਾਂ ਕਰੀਏ ਤੁਹਾਨੂੰ ਕੀ ਪਸੰਦ ਹੈ ਨਮਕੀਨ ਜਾਂ ਮਿੱਠਾ ਦੋਨੋਂ ਹੀ ਬੋਲਚਾਲ ਮਿੱਠੀ ਤੇ ਸਵਾਦ ਨਮਕੀਨ ਪਿੰਕੀ ਸੱਚੀ ਕਹਿੰਦੀ ਸੀ ਤੁਸੀਂ ਜਵਾਬ ਬਹੁਤ ਸੋਹਣੇ ਦਿੰਦੇ ਹੋ ਚੰਗਾ ਲੱਗਿਆ ਕੀ ਸਮੋਸਾ ਜਾਂ ਮੈਂ ਨਹੀਂ ਨਹੀਂ ਦੋਵੇਂ ਸਮੋਸੇ ਨਮਕੀਨ ਨੇ ਤੇ ਤੁਸੀਂ ਮੀਆਂ ਮਿੱਠੂ
इसकी पहचान ही आलू करके है। आलू बहुत प्यारी चीज ने, हरेक नाल मिक्स हो जाते। ओए मिक्स नहीं हुंदा, मिक्स हुंदा मिक्स। ओहो तो मैं कह रहा हूं, यानी हरेक नाल कुल मिल जाते ने। अपने कुलवंत भाई वांगू जिवें ओह थोड़े नाल बहुत छेती कुल मिल गया सी, है ना? दिल तो नहीं करता उठन नूं, पर नहीं नहीं अगे काफी लेट हो गया। पिंकी चल छेती कर। मैनू तो अद्धा घंटा हो गया थोनू देखदी नूं, भी हुण भी उठदे आ, हुण भी उठदे आ। पता नहीं किधर गवाचे होए सी। आपा केड़ा हटिया कुलवंत बाई दीआं गल्लां करनो। ओ चल भई हुण तां मिस हो गए, आजो आजो। ओए मिस्क नहीं हुंदा, मिक्स हुंदा मिक्स। की होया, बोलदे का तो नहीं? पहला तो मैं थोनू इन्ना कदे घबराया होया नहीं देखिया। चंगे भले गए सी तुसी खुशी खुशी पंडित कोल। आ लो पानी पियो। ना की कहंदा पंडित? पंडित पंडित की होया? मैं ता बिल्कुल नहीं सी जाना चाहुंदा। तू ही भेजा सी ना कि बेटी दे व्याह दा मूर्त कढ़वा के आवां। हुण दस मैं की करां, जवान बेटी नूं इन्ने दिन घर वी ता बिठा के नहीं रख सकदे। तुसी इन्ना घबराउंदे का तो? आपां रूपी दे व्याह दी डेट अगे पिछे कर दिंदे आ, एडी भी केड़ी गल आ। गल करन जोगा तो उन्हें मैनूं छड्डिया ही नहीं। अके फलां ग्रह फलां घर च बैठा है, हुण सानू चट्टा बूटा नूं गया दा की पता। मैं तो घबराए हुए ने 1000 रुपया पत्री दे उत्ते रख दिता। अके सरदारा लाल किताब में झूठ थोड़ी लिखिया।